ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆਪਾਂ ਆਏ ਹਾਂ ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਝਾਂ ਦਿਖਾਉਣੀਆਂ ਅਤੇ ਦੋਵੇਂ ਬੱਚੇ ਵਾਲੀਆਂ ਤੁਹਾਨੂੰ ਦਿਖਾਵਾਂਗੇ ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਠੀਕ ਠਾਕ ਵਧੀਆ, ਤੁਸੀਂ ਸੁਣਾਓ? ਸਭ ਵਧੀਆ ਜੀ। ਕੱਲ ਵਾਲਾ ਵਿਕ ਗਿਆ ਮਾਲ? ਫਿਰ ਮਾਲ ਭਾਜੀ ਵਿਕ ਗਿਆ ਜੀ। ਠੀਕ ਆ। ਹਾਂਜੀ, ਤੇ ਚਲੋ ਫਿਰ ਨਾਮ ਦੱਸ ਦਿਓ। ਨਾਮ ਭਾਜੀ ਡਿਪਟੀ। ਹਾਂਜੀ, ਚੱਕ ਮਸ਼ੀਖ ਖਾਨ, ਤਹਿਸੀਲ ਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਵੀ ਬੋਲ ਦਿਓ। 9789847725। ਠੀਕ ਆ। ਹਾਂਜੀ, ਤੇ ਅੱਜ ਦੋ ਹੀ ਆ ਫਿਰ? ਦੋ ਹੀ ਆ ਭਾਜੀ। ਠੀਕ, ਇੱਕ ਭਾਜੀ ਬੇਨਤੀ ਹੈ ਨਿੱਕੀ ਜੀ। ਹਾਂਜੀ, ਆਪਣਾ ਸਲਾਹ ਮਸਲਾ ਕਰਕੇ ਫਿਰ ਵੀਰ ਭਰਾ ਵੱਲੋਂ ਫੋਨ ਲਾਇਆ ਕਰਨਾ। ਅੱਛਾ, ਮੈਂ ਆਉਂਦਾ ਇੰਤਜ਼ਾਮ ਕਰਕੇ। ਠੀਕ ਆ, ਠੀਕ ਹੈ ਨਾ? ਕਈ ਮੁੜਕੇ ਸੌਦਾ ਕਰਕੇ ਤੇ ਮੁੜਕੇ ਨੰਬਰ ਲੈ ਗਏ ਤੇ ਮੁੜਕੇ ਫੇਰ ਆਉਂਦੇ ਦੱਸਦੇ ਤੁਹਾਨੂੰ। ਠੀਕ ਹੈ, ਇਸ ਤਰ੍ਹਾਂ ਦੇ ਨਾ ਕਰਿਆ ਕਰਨ ਕੰਮ, ਮੁੜਕੇ ਅਸੀਂ ਉਹਨਾਂ ਨੂੰ ਵੀ ਡੀਕਦੇ ਰਹਿੰਦੇ ਹਾਂ ਤੇ ਫਿਰ ਦੂਜਿਆਂ ਦੇ ਫਿਰ ਫੋਨ ਚੁੱਕਣੇ ਪੈਂਦੇ ਹਨ। ਠੀਕ ਹੈ, ਹੱਥ ਜੋੜ ਕੇ ਬੇਨਤੀ ਹੈ ਵੀਰਾਂ ਨੂੰ, ਉਹ ਗੁੱਸਾ ਨਾ ਕਰੇ ਮੇਰਾ ਭਰਾ, ਜਿਹਨੇ ਡੰਗਰ ਲੈਣਾ ਆਪਣੀ ਸੋਚ ਸਮਝ ਕੇ ਸਲਾਹ ਕਰਕੇ ਫੋਨ ਲਾਉਣਾ। ਠੀਕ ਹੈ। ਹਾਂਜੀ, ਤੇ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ 'ਤੇ ਜਿਹੜੀ ਝੋਟੀ ਹੈ, ਸੋਹਣੀ ਝੋਟੀ ਆ, ਦੇਖ ਸਕਦੇ ਜੀ। ਅਤੇ ਆਹ ਬੱਚਾ, ਇਹਦਾ ਕਿੰਨਾ ਚਿਰ ਹੋ ਗਿਆ ਵੀਰ ਜੀ ਨੇ ਸੋਈ ਨੂੰ? ਇਹਨੂੰ ਭਾਜੀ ਸੋਈ ਨੂੰ ਅੱਜ 6-7 ਦਿਨ ਹੋ ਗਏ ਜੀ। ਅੱਛਾ, ਮਗਰ ਇਹਦੇ ਕੱਟੀ ਜੀ। ਠੀਕ ਆ। ਹਾਂਜੀ, ਤੇ ਦੁੱਧ ਕਿੰਨਾ ਜੇ? ਦੇਖੋ ਦੁੱਧ ਭਾਜੀ ਇਹਦੇ ਕੋਲ ਜਿੰਨਾ ਦਾ ਚਵਾਲ ਗਾ ਨਾ। ਹਾਂਜੀ, ਤੇ ਇਹਦੇ ਕੋਲ ਭਾਵੇਂ 11 ਕਿਲੋ ਲਾ ਲਈਏ, ਭਾਵੇਂ ਦੁੱਧ ਲਾ ਲਏ, ਭਾਵੇਂ ਬਹੁਤ ਲਾ ਲਏ, 6-7 ਦਿਨ ਸੂਈ ਜੀ। ਅੱਛਾ। ਹਾਂ, ਤੇ ਜਿਹੜਾ ਆਪਾਂ ਠੰਡਾ ਕਰਕੇ ਦੇਣਾ ਨਾ, ਉਹ 9 ਲੀਟਰ ਦੇਣਾ। ਪੱਕਾ ਤਿਆਰ ਆ? ਪੱਕਾ ਭਾਜੀ, ਕਦੇ ਚੋ ਕੇ ਕੋਈ ਝੋਟੀ ਵੇਖੂ, ਦੋਵੇਂ ਮਈਆਂ ਮੇਰੀਆਂ ਛੱਡ ਕੇ ਨਹੀਂ ਜਾਂਦਾ। ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਇਹ? ਦੁੱਧ ਭਾਜੀ ਝੋਟੀ 12-13 ਕਿਲੋ ਚਵਾਉਣਾ ਝੋਟੀ। ਅੱਛਾ, 12 ਕਿਲੋ ਤੇ ਭਾਜੀ ਚਵਾਉਣਾ, ਪਹਿਲਾ ਸੂਆ ਜੀ। ਅੱਛਾ, ਸੂਆ ਇਹਦਾ ਪਹਿਲਾ ਦੱਸਦੇ ਆ। ਚਲੋ ਤੋਰੋ ਹਾਂ, ਇੱਕ ਵਾਰੀ ਇੱਕ ਵਾਰੀ ਥਾਣੇ ਤੁਹਾਨੂੰ ਇਹਦੇ ਦਿਖਾ ਦਈਏ ਲਾਗੇ ਦਾ। ਆਹ ਦੇਖ ਸਕਦੇ ਥਾਣਾ ਦਾ ਸਾਈਜ਼ ਗੈਪ ਹੋ ਗਈ ਇਹਦਾ, ਮਿਲਕ ਮੈਨੂੰ ਵੀ ਸੋਹਣੀ ਦਿਖਣ ਦੀ ਹੈ। ਧੋ ਦਾ ਕਾਲੀ ਇੱਕ ਰੰਗ ਜਿਹੇ ਨੇ, ਬਾਕੀ ਫੱਬ ਦੀ ਹੈ ਝੋਟੀ। ਆ ਚਿਹਰਾ ਦੇਖ ਸਕਦੇ ਜੀ, ਅੱਖਾਂ ਇਹਦੀਆਂ ਕਾਲੀਆਂ ਹੀ ਆ, ਕਈ ਰੋਸ਼ਨੀ ਪੈਣ ਨਾਲ ਲਿਸ਼ਕ ਜਾਂਦੀਆਂ, ਥੋੜ੍ਹਾ ਡਰਦੀ ਡਰਦੀ ਆ ਸਾਡੇ ਕੋਲ। ਹਾਂ ਦੇਖ ਸਕਦੇ, ਹਵਾਨਾ ਇਹਦਾ ਵੀ ਲੱਗੇ ਤਾਂ। ਤੇ ਆ ਥਾਣ ਵੀ ਇਹਦੇ ਦੇਖ ਸਕਦੇ ਜੀ, ਥੋੜਾ ਡਰਦੀ ਭਾਜੀ ਕਰਮ ਲਈ ਨਾ। ਠੀਕ ਆ, ਤੇ ਬਾਕੀ ਉਸ ਤਰ੍ਹਾਂ ਪਿੱਠ ਪੁੜੇ ਦੀ ਚੰਗੀ ਆ, ਇੱਧਰ ਨੂੰ ਕਰੇ ਇੱਕ ਵਾਰੀ। ਇੱਕ ਦੋ ਦਿਨ ਭਾਜੀ ਡੰਗਰ ਸਾਂਭ ਗਏ ਨਾ। ਹਾਂਜੀ, ਫੇਰ ਹੀ ਡੰਗਰ ਮਤਲਬ ਕੋਈ ਡਰ ਲੈਂਦਾ, ਕੋਈ ਮਤਲਬ ਭੇਦ ਹੀ ਡੰਗਰ ਦਾ ਮਹਾ ਹੁੰਦਾ ਜੀ। ਅੱਛਾ, ਰਾਤੀ ਅਜੇ ਆਈਆਂ ਜੀ ਮਈਆਂ। ਤੇ ਇਹਦਾ ਫਿਰ ਮੁੱਲ? ਮੁੱਲ ਭਾਜੀ ਇਹਦਾ ਮੇਰਾ ਇਰਾਦਾ ਵੀ ਝੋਟੀ ਦੇ ਜੇ ਦੋ ਦਿਨ ਸਾਂਭ ਲਈਏ ਨਾ। ਹਾਂਜੀ, ਤੇ ਝੋਟੀ ਦੇ ਵੇਚ ਦਿੰਦੀ 70,000 ਦੀ। ਅੱਛਾ, ਹੁਣ 70 'ਚੋਂ 2 ਛੱਡ ਦਾਂਗੇ ਆਪਾਂ। ਅੱਛਾ, ਹਾਂਜੀ, 68,000 ਦੀ ਦੇ ਦਿਓ ਝੋਟੀ। 70,000 ਦੀ ਵਿਕਣ ਤੋਂ ਬਾਹਰ ਆ ਵੀ ਗਾ, ਮੌਕੇ ਤੇ ਹੋਰ ਕਰ ਦੋਗੇ ਮਨ? 67 ਦੀ ਭਾਜੀ ਦੇ ਦਾਂਗੇ। ਠੀਕ ਹੈ, ਚਲੋ ਕੋ ਫੋਨ ਲਾਊਗਾ ਤੇ ਹੋਰ ਮਾਨਤਾਨ ਕਰ ਦਾਂਗੇ। ਲਾਂਗੇ ਮਾਨਤਾਨ। ਬਾਕੀ ਪਿੱਠ ਪੁੜੇ ਦੀ ਵੀ ਚੰਗੀ ਸੋਹਣੀ ਆ, ਫੱਬ ਦੀ ਆ। 65 ਦੀ ਭਾਜੀ ਝੋਟੀ ਆ ਜੂਗੀ। ਅੱਛਾ, 65,000 ਦੀ ਵੀਰ ਜੀ ਨੇ ਕਹਿੰਦੇ ਕਿ ਦੇ ਦੇਾਂਗੇ। ਤੇ ਆ ਮਗਰ ਕੱਟਾ ਕੱਟੀ ਆ ਉਸ ਤਰ੍ਹਾਂ? ਕੱਟਾ ਜੀ ਮੰਗਾਏ, ਕੱਟੀ ਜੀ ਮਗਰ ਕੱਟੀ ਚੈੱਕ ਕਰ ਲਓ ਇਹ ਕਰੀ ਚੰਗੀ ਤਰ੍ਹਾਂ। ਕੱਟੀ ਭਾਜੀ ਇਸ ਤਰ੍ਹਾਂ ਦੀ ਆ, ਕੱਟੀ ਆ ਜਿਹੜੀ। ਠੀਕ ਆ ਜੀ, ਤੇ ਹੁਣ ਆ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ, ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ? ਇਹਨੂੰ ਭਾਜੀ ਮਹੀਨੇ ਦਾ ਹੈਗਾ ਇਹ ਕੱਟਾ। ਠੀਕ ਹੈ, ਇਹਦੇ ਮਗਰ ਕੱਟਾ ਜੇ, ਮਹੀਨੇ ਦੇ ਬਾਹਰ ਹੀ ਆ ਜਿਹੜਾ। ਤੇ ਦੁੱਧ ਕਿੰਨਾ ਜੇ ਇਹਦੇ ਕੋਲ? ਦੁੱਧ ਭਾਜੀ ਇਹਦੇ ਕੋਲ ਵੀ ਮਤਲਬ 10 ਕਿਲੋ ਤੋਂ ਬਾਹਰ ਹੀ ਆ। ਅੱਛਾ, ਚਵਾ ਲੱਗਾ ਜਨਾ ਨੂੰ। ਠੀਕ ਹੈ, 9 ਕਿਲੋ ਨਾ ਕੋਈ ਭਾਵੇਂ ਮਈਆਂ ਮਈਆਂ ਦਾ ਧਾਰ ਬਾਈ, 9 ਕਿਲੋ ਦੁੱਧ ਵਧੀਆ ਹੈਗਾ। ਅੱਛਾ, ਹਾਂਜੀ, ਆਪਣੀ ਤਸੱਲੀ ਕਰੇ ਫਿਰ ਵੀ ਇਹੀ ਨਹੀਂ ਆਉਂਦੀ ਆ ਇਹ ਗੱਲ। ਤੋਰੋ ਹਾਂ ਫਿਰ ਇਹਨੂੰ। ਠੀਕ ਹੈ, ਸਾਡੇ ਥੱਲੇ ਵੀ ਇਹਦਾ ਵੀ ਹਵਾਨਾ ਚੰਗੇ ਖੁੱਲੇ ਹੋਣੇ ਜੀ, ਤੇ ਹੱਥਾਂ ਨੇ ਵੀ ਦੇਖ ਸਕਦੇ। ਤੇ ਆਹ ਦੇਖ ਸਕਦੇ ਜੀ,
ਚਿਹਰੇ ਤਾਂ ਕਰੀਏ ਵੀ ਚਲੋ ਇਹਨੂੰ ਭਾਜੀ ਕੋਈ ਖਾਲ ਵੰਡ ਨਹੀਂ ਜੇ ਮੈਂ ਇਹਨੂੰ ਪਿਆ ਅੱਛਾ ਜਿਹਨੂੰ ਪਿਆ ਹੋਇਆ ਆਪਾਂ ਤੁਹਾਡੇ ਸਾਹਮਣੇ ਆਪਾਂ ਕਹਿ ਜਾਵੇ ਇਹਨੂੰ ਪਿਆ ਜੇ ਹਾਂਜੀ ਹਾਂਜੀ ਇਹਨੂੰ ਕੋਈ ਖਾਲ ਵੰਡ ਪਾਊ ਨਾ ਤੇ ਮੈਂ ਭਾਵੇਂ 12 ਦੇ ਲੈ ਜੇ ਤੇ ਭਾਵੇਂ 13 ਦੇ ਲੈ ਜੇ ਅੱਛਾ ਚਵਾ ਕੇ ਭੂਰ ਨੇ ਕੋਈ ਛੱਟਣੀ ਉਂਗਲ ਵਰਗੀ ਧਾਰ ਮੋਟੀ ਆ ਬਾਕੀ ਆ ਕਿ ਥਣ ਹਵਾਨੇ ਦੀ ਚੰਗੀ ਖੁੱਲੀ ਆ ਹਾਂ ਖੁੱਲੀ ਭਾਜੀ ਮਈ ਕਿੰਨੀ ਹੈਗੀ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਜੀ ਇੰਨਾ ਹੀ ਜਿਹੜੀ ਮਰਜ਼ੀ ਕੋ ਲੈ ਜੇ ਅੱਛਾ ਹਾਂਜੀ 65 ਦੀ ਭਾਵੇਂ ਕੋਈ ਉਹ ਲੈ ਜੇ ਇਹਦਾ 2 ਛੱਡ ਦਾਂਗੇ ਆਪਾਂ ਚਲ ਅੱਛਾ 63 ਦੀ ਇਹ 63 ਦੀ ਦੇ ਦਾਂ 62 ਦੀ ਦੇ ਦਾਂਗੇ ਭਾਜੀ ਅੱਛਾ 62000 ਦੀ 62000 ਬਾਕੀ ਚਲੋ ਕੋਈ ਫੋਨ ਲਾਊਗਾ ਜੋੜਾ 120 ਦਾ ਅੱਛਾ ਜੋੜਾ 120 ਦਾ 60-60 ਦੇ ਹਿਸਾਬ ਨਾਲ 60000 ਦੇ ਹਿਸਾਬ ਨਾਲ ਠੀਕ ਆ ਝੋਟੀ ਕੱਲੀ 65000 ਦੀ ਅੱਛਾ ਉਹ ਕੱਲੀ 65 ਦੀ ਆ ਤੇ ਜੋੜਾ 120 ਦਾ ਫਿਰ 60-60 ਦੇ ਹਿਸਾਬ ਨਾਲ ਬਾਕੀ ਝੋਟੀਆਂ ਸੋਹਣੀਆਂ ਆ ਹੋਰ ਛੱਡ ਦਾਂਗੇ 64000 ਦੀ ਝੋਟੀ ਦੇ ਦਾਂਗੇ ਠੀਕ ਆ ਕੱਲੀ ਵੀ ਇੰਨੇ ਲੈਣੀਆਂ ਨੇ ਝੋਟੀ ਤੁਹਾਨੂੰ ਪਤਾ 70 ਤੋਂ ਬਾਹਰ ਹੀ ਵਿਕਣ ਵਾਲੀ ਹੈ ਬਾਕੀ ਦੋਵੇਂ ਫੱਬ ਦੀਆਂ ਆਪਣੀ ਆਪਣੀ ਜਗ੍ਹਾ ਦੋਵੇਂ ਠੀਕ ਆ ਤੇ ਬਾਕੀ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜਿੱਥੇ ਦੋ ਟਾਈਮ ਚੋਕੇ ਖੜੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਕਰਾ ਲਿਆ ਆਪਾਂ ਨੇ।